ਸਤਿ ਸ਼੍ਰੀ ਅਕਾਲ ਜੀ, ਵੈਲਕਮ ਬੈਕ ਟੂ ਮਾਈ ਚੈਨਲ। ਆਈ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਗੇ। ਅੱਜ ਦੀ ਵੀਡੀਓ 'ਚ ਕੋਈ ਵੀ ਮੇਕਅਪ ਲੁੱਕ, ਹੋਮ ਰੈਮਡੀ ਜਾਂ ਮੈਂ ਕੁਛ ਵੀ ਨਹੀਂ ਸ਼ੇਅਰ ਕਰਨ ਲੱਗੀ। ਅੱਜ ਮੈਂ ਸਿੰਪਲ ਤੁਹਾਡੇ ਨਾਲ ਥੋੜ੍ਹੀ ਜਿਹੀ ਗੱਲ ਕਰਨਾ ਚਾਹੁੰਦੀ ਹਾਂ ਕਿ ਮੈਂ ਯੂਟਿਊਬ ਵੀਡੀਓਜ਼ ਬਣਾਉਣੀਆਂ ਕਿਉਂ ਸਟਾਰਟ ਕੀਤੀਆਂ ਸੀ ਐਂਡ ਯੂਟਿਊਬ ਕੀ ਹੈ। ਅਗਰ ਤੁਹਾਨੂੰ ਪਤਾ ਹੈ, ਥੋੜ੍ਹਾ ਬਹੁਤ ਆਈਡੀਆ ਹੋ ਗਿਆ ਹੈ ਕਿ ਮੈਂ ਇਹ ਗੱਲ ਕਿਉਂ ਕਹੀ ਹੈ, ਤੁਸੀਂ ਪਲੀਜ਼ ਪੌਜ਼ ਕਰਕੇ ਐਂਡ ਕਮੈਂਟ ਡਾਊਨ ਜ਼ਰੂਰ ਕਰੋ ਕਿ ਯੂਟਿਊਬ ਕੀ ਹੈ, ਮੈਂ ਗੱਲ ਕਿਉਂ ਪੁੱਛ ਰਹੀ ਹਾਂ। ਕਿਉਂਕਿ ਜਿਹੜੇ ਯੂਟਿਊਬ ਬਾਰੇ ਨਹੀਂ ਜਾਣਦੇ ਉਹਨਾਂ ਨੂੰ ਲੱਗਦਾ ਹੈ ਕਿ ਯੂਟਿਊਬ ਇੱਕ ਲਾਈਕ ਜਸਟ ਵੀਡੀਓਜ਼ ਅਪਲੋਡ ਕਰ ਦਿੰਦੇ ਆ, ਦੈਟਸ ਇਟ। ਜਾਂ ਫਿਰ ਕਹਿ ਸਕਦੇ ਆ ਉਹਨਾਂ ਨੂੰ ਲੱਗਦਾ ਹੈ ਕਿ ਯੂਟਿਊਬ ਇੱਕ ਲਾਈਕ ਵਿਹਲਾ ਕੰਮ ਹੈ, ਟਾਈਮ ਪਾਸ ਹੈ, ਇਹਦੇ ਨਾਲ ਲਾਈਕ ਵੀਡੀਓਜ਼ ਪਾਤੀਆਂ ਐਂਡ ਦੈਟਸ ਇਟ, ਓਵਰ, ਕੁਛ ਨਹੀਂ ਹੋਰ। ਬਟ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ, ਯੂਟਿਊਬ ਇੱਕ ਐਸਾ ਪਲੈਟਫਾਰਮ ਹੈ ਜਿਹਦੇ ਤੋਂ ਅਸੀਂ ਅਰਨਿੰਗ ਕਰ ਸਕਦੇ ਹਾਂ ਵੀਡੀਓਜ਼ ਪਾ ਕੇ। ਲਾਈਕ ਤੁਸੀਂ ਅਰਨਿੰਗ ਕਰੋਗੇ ਘਰ ਬੈਠੇ ਹੋਏ, ਇਟਸ ਲਾਈਕ ਅ ਵਰਕ ਫਰੋਮ ਹੋਮ। ਹੁਣ ਜਿਵੇਂ ਤਾਂ ਇੰਡੀਆ ਦੀ ਐਗਜ਼ਾਮਪਲ ਲੈਣੀ ਹੈ, ਅਸੀਂ ਸਾਰਾ ਮੰਥ ਉੱਥੇ ਕੰਮ ਕਰਦੇ ਹਾਂ, ਐਟ ਦਾ ਐਂਡ ਸਾਨੂੰ ਸੈਲਰੀ ਮਿਲਦੀ ਹੈ, ਓਕੇ ਜੀ। ਅਗਰ ਮੈਂ ਕੈਨੇਡਾ ਦੀ ਜਾਂ ਫਿਰ ਕਿਸੇ ਹੋਰ ਫੋਰਨ ਕੰਟਰੀ ਦੀ ਗੱਲ ਕਰਾਂ, ਇੱਥੇ ਹੁੰਦਾ ਕਿ ਕਿਸੇ ਨੂੰ ਵੀਕਲੀ ਪੇਮੈਂਟ ਮਿਲਦੀ ਹੈ, ਕਿਸੇ ਨੂੰ ਬਾਈ ਵੀਕਲੀ ਮਿਲਦੀ ਹੈ, ਮੋਸਟਲੀ ਬਾਈ ਵੀਕਲੀ ਜਾਂ ਵੀਕਲੀ ਹੁੰਦੀ ਹੈ, ਠੀਕ ਹੈ ਜੀ। ਫੋਰਨ ਕੰਟਰੀਜ਼ 'ਚ ਇਸ ਤਰ੍ਹਾਂ ਅਰਨਿੰਗ ਹੁੰਦੀ ਹੈ ਐਂਡ ਇੰਡੀਆ ਦੇ ਵਿੱਚ ਮੰਥਲੀ ਬੇਸਿਸ 'ਤੇ। ਉਵੇਂ ਹੀ ਯੂਟਿਊਬ ਤੋਂ ਵੀ ਅਰਨਿੰਗ ਹੁੰਦੀ ਹੈ। ਯੂਟਿਊਬ 'ਤੇ ਅਗਰ ਮੈਂ ਵੀਡੀਓਜ਼ ਪਾ ਰਹੀ ਹਾਂ, ਇਟ ਡਜ਼ਨਟ ਮੀਨ ਆਈ ਐਮ ਵਿਹਲੀ। ਇਹਦਾ ਮਤਲਬ ਇਹ ਨਹੀਂ ਹੈ ਕਿ ਮੈਂ ਵਿਹਲਾ ਕੰਮ ਕਰ ਰਹੀ ਹਾਂ ਜਾਂ ਫਿਰ ਮੈਂ ਫ੍ਰੀ ਹੈਗੀ ਹਾਂ। ਅਗਰ ਮੈਂ ਚੀਜ਼ ਕਰ ਰਹੀ ਹਾਂ, ਇਹ ਮੈਨੂੰ ਲਾਈਕ ਬੈਨੀਫਿਟ ਦੇ ਰਿਹਾ, ਮੈਂ ਇੱਥੋਂ ਅਰਨ ਕਰ ਰਹੀ ਹਾਂ, ਓਕੇ ਜੀ। ਮੈਂ ਤੁਹਾਨੂੰ ਹੁਣ ਦੱਸਣਾ ਚਾਹਾਂਗੀ ਕਿ ਬੇਸਿਕਲੀ ਯੂਟਿਊਬ ਇੱਕ ਐਸਾ ਪਲੈਟਫਾਰਮ ਹੈ, ਜਿਵੇਂ ਕਿ ਮੈਂ ਹੁਣੇ ਦੱਸ ਦਿੱਤਾ ਸੀ, ਮੈਂ ਫਿਰ ਉਸੇ ਗੱਲ ਨੂੰ ਰਿਪੀਟ ਕਰ ਰਹੀ ਹਾਂ। ਯੂਟਿਊਬ ਇੱਕ ਐਸਾ ਪਲੈਟਫਾਰਮ ਹੈ ਜਿਹਨੂੰ ਅਸੀਂ ਘਰ ਰਹਿ ਕੇ ਆਪਣਾ ਅਰਨ ਕਰ ਸਕਦੇ ਹਾਂ। ਬਟ ਦ ਥਿੰਗ ਇਜ਼, ਇਹਦੇ ਵਿੱਚ ਬਹੁਤ ਜ਼ਿਆਦਾ ਹਾਰਡਵਰਕ ਦੀ ਜ਼ਰੂਰਤ ਹੈ। ਅਗਰ ਅਸੀਂ ਇਹ ਵੀ ਨਹੀਂ ਹੈ ਕਿ ਅੱਜ ਵੀਡੀਓ ਅਪਲੋਡ ਕੀਤੀ ਹੈ ਅੱਜ ਤੋਂ ਹੀ ਅਰਨਿੰਗ ਸਟਾਰਟ ਹੋ ਜਾਏਗੀ, ਐਵੇਂ ਕੁਛ ਨਹੀਂ ਹੁੰਦਾ। ਕੋਈ ਵੀ ਲਾਈਕ ਅਸੀਂ ਕਿਤੋਂ ਕਿਸੇ ਵੀ ਚੀਜ਼ ਤੋਂ ਅਰਨਿੰਗ ਕਰਨੀ ਹੈ, ਹਰ ਇੱਕ ਕੰਮ ਦਾ ਹੀ ਬਹੁਤ ਹਾਰਡਵਰਕ ਕਰਨਾ ਬਹੁਤ ਜ਼ਰੂਰੀ ਹੁੰਦਾ। ਅਤੇ ਹੁਣ ਮੈਂ ਤੁਹਾਨੂੰ ਦੱਸ ਦਿੱਤਾ ਕਿ ਯੂਟਿਊਬ ਇੱਕ ਪਲੈਟਫਾਰਮ ਹੈ ਜਿਹਦੇ ਤੋਂ ਅਸੀਂ ਅਰਨਿੰਗ ਕਰ ਸਕਦੇ ਹਾਂ ਵੀਡੀਓਜ਼ ਅਪਲੋਡ ਕਰਨ ਦੇ ਨਾਲ, ਓਕੇ ਜੀ। ਐਂਡ ਇਹਦਾ ਇੱਕ ਕ੍ਰਾਈਟੇਰੀਆ ਵੀ ਹੁੰਦਾ, ਇਹ ਨਹੀਂ ਕਿ ਅਗਰ ਅਸੀਂ ਅੱਜ ਅਪਲੋਡ ਕਰ ਦਿੱਤੀ ਵੀਡੀਓ ਸਾਨੂੰ ਅੱਜ ਹੀ ਅਰਨਿੰਗ ਸਟਾਰਟ ਹੋ ਗਈ, ਨਹੀਂ। ਇਹ ਅਲੱਗ ਤੋਂ ਇੱਕ ਵੀਡੀਓ ਇਹਦੀ ਹੋਏਗੀ। ਅਗਰ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਨੂੰ ਕ੍ਰਾਈਟੇਰੀਆ ਵੀ ਦੱਸਾਂ ਕਿ ਕਿਵੇਂ ਅਰਨਿੰਗ ਕਰ ਸਕਦੇ ਯੂਟਿਊਬ 'ਤੇ, ਮੈਨੂੰ ਪਲੀਜ਼ ਕਮੈਂਟ ਡਾਊਨ ਕਰਿਓ, ਫਿਰ ਮੈਂ ਤੁਹਾਡੇ ਨਾਲ ਉਹ ਸਾਰਾ ਕੁਝ ਸ਼ੇਅਰ ਕਰਾਂਗੀ। ਹੁਣ ਅੱਜ ਮੈਂ ਅਸੀਂ ਇਹ ਗੱਲ ਕਰਨ ਲੱਗੇ ਕਿ ਮੈਂ ਕਿਉਂ ਸਟਾਰਟ ਕੀਤਾ ਸੀ ਯੂਟਿਊਬ। ਬਚਪਨ ਤੋਂ ਹੀ ਮੈਨੂੰ ਬਹੁਤ ਸ਼ੌਂਕ ਸੀ ਕਿ ਮੈਂ ਟੀਵੀ 'ਤੇ ਆਵਾਂ। ਬਟ ਉਸ ਟਾਈਮ ਇੱਦਾਂ, ਜਿੱਦਾਂ ਸਾਡੇ ਕੋਲ ਹੁਣ ਕਿੰਨੇ ਸਾਰੇ ਪਲੈਟਫਾਰਮ ਹੈਗੇ ਨੇ, ਅਸੀਂ ਆਪਣਾ ਟੈਲੈਂਟ ਸ਼ੋਅ ਕਰ ਸਕਦੇ, ਬਟ ਉਦੋਂ ਇੱਦਾਂ ਨਹੀਂ ਸੀ, ਫੋਨ ਵੀ ਕੀਪੈਡ ਵਾਲੇ ਹੁੰਦੇ ਸੀ। ਫਿਰ ਇੱਦਾਂ ਹੋਇਆ ਕਿ ਜਦੋਂ ਮੇਰੀ ਮੈਰਿਜ ਹੋ ਗਈ ਅਤੇ ਰੈਂਡਮਲੀ ਮੈਂ ਆਪਣੇ ਹਸਬੈਂਡ ਨਾਲ ਗੱਲ ਕੀਤੀ, ਮੈਂ ਕਿਹਾ ਮੈਨੂੰ ਬਹੁਤ ਸ਼ੌਂਕ ਹੈਗਾ ਵੀਡੀਓਜ਼ ਬਣਾਉਣ ਦਾ, ਅਤੇ ਮੈਂ ਮੇਰਾ ਮਨ ਕਰਦਾ ਕਿ ਮੈਂ ਯੂਟਿਊਬ 'ਤੇ ਵੀਡੀਓਜ਼ ਇੱਦਾਂ ਚੈਨਲ ਸਟਾਰਟ ਕਰ ਲਾਂ। ਉਹਨਾਂ ਨੇ ਮੈਨੂੰ ਕਿਹਾ ਕੋਈ ਪ੍ਰੋਬਲਮ ਨਹੀਂ, ਤੂੰ ਕਰ ਲਾ, ਕੋਈ ਗੱਲ ਨਹੀਂ। ਫਿਰ ਇੱਦਾਂ ਹੋਇਆ ਕਿ ਵੈਸੇ ਬਚਪਨ ਤੋਂ ਹੀ ਮੈਨੂੰ ਮੇਰੇ ਪੇਰੈਂਟਸ ਦੀ ਵੀ ਬਹੁਤ ਸਪੋਰਟ ਰਹੀ ਹੈ, ਉਹ ਹਮੇਸ਼ਾ ਸਪੋਰਟ ਕਰਦੇ ਸੀ ਕਿ ਹਾਂ ਆਪਣਾ ਟੈਲੈਂਟ ਹੈ ਤੁਸੀਂ ਦਿਖਾਓ। ਉਸ ਟਾਈਮ ਲਾਈਕ ਨਹੀਂ ਸੀ ਫੋਨ ਵਗੈਰਾ, ਅਗਰ ਉਸ ਟਾਈਮ ਇੱਦਾਂ ਯੂਟਿਊਬ ਦਾ ਹੁੰਦਾ ਤਾਂ ਸ਼ਾਇਦ ਮੈਂ ਕਾਫੀ ਟਾਈਮ ਪਹਿਲਾਂ ਹੀ ਸਟਾਰਟ ਕਰ ਲੈਂਦੀ। ਅਤੇ ਮੇਰੇ ਪੇਰੈਂਟਸ ਨੇ ਮੈਨੂੰ ਸਟਾਰਟਿੰਗ ਤੋਂ ਬਹੁਤ ਸਪੋਰਟ ਕੀਤਾ, ਮੇਰੇ ਮਦਰ ਇਨ ਲੋ ਨੇ, ਮੇਰੇ ਫਾਦਰ ਇਨ ਲੋ, ਉਹਨਾਂ ਨੇ ਵੀ ਮੈਨੂੰ ਬਹੁਤ ਸਪੋਰਟ ਕੀਤਾ। ਉਹਨਾਂ ਵੱਲੋਂ ਵੀ ਕਦੀ ਕੋਈ ਇੱਦਾਂ ਦਾ ਨਹੀਂ, ਉਹ ਕਹਿੰਦੇ ਸੀ ਕਿ ਅਗਰ ਤੂੰ ਇੰਟਰਸਟਿਡ ਹੈ, ਤੂੰ ਵੀਡੀਓਜ਼ ਬਣਾਉਣਾ ਚਾਹੁੰਦੀ, ਤੂੰ ਬਣਾ, ਕੋਈ ਪ੍ਰੋਬਲਮ ਨਹੀਂ ਹੈ। ਸੋ ਮੇਰੀ ਫੈਮਿਲੀ ਵੱਲੋਂ ਮੈਨੂੰ ਪੂਰੀ ਸਪੋਰਟ ਸੀ। ਫਿਰ ਇੱਦਾਂ ਹੋਇਆ ਕਿ ਮੈਂ ਯੂਟਿਊਬ ਚੈਨਲ ਸਟਾਰਟ ਕਰਨਾ ਸੀ। ਸਟਾਰਟ ਕਰਨ ਤੋਂ ਪਹਿਲਾਂ ਮੈਨੂੰ ਸੀ ਮੈਂ ਸਾਰਾ ਕੁਛ ਦੇਖਾਂ, ਕਿਉਂਕਿ ਮੈਨੂੰ ਵੀ ਐਡੀਟਿੰਗ ਨਹੀਂ ਆਉਂਦੀ ਸੀ, ਕਿਵੇਂ ਕਿਵੇਂ ਕਰਨਾ, ਯੂਟਿਊਬ ਵੀਡੀਓਜ਼ ਬਾਰੇ ਪਤਾ ਕੁਛ ਨਹੀਂ ਸੀ, ਬਟ ਇੰਨਾ ਸੀ ਮੇਰੇ ਮਾਇੰਡ 'ਚ ਕਿ ਮੈਂ ਵੀਡੀਓਜ਼ ਪਾਉਣੀਆਂ।
ਫਿਰ ਇੱਦਾਂ ਹੋਇਆ ਕਿ ਮੈਂ ਪੂਰਾ ਸਰਚ ਕੀਤਾ, ਜਦੋਂ ਮੈਂ ਸਰਚ ਕੀਤਾ ਫਿਰ ਮੈਨੂੰ ਪਤਾ ਚੱਲਿਆ ਕਿ ਇੱਥੋਂ ਮੈਂ ਅਰਨਿੰਗ ਵੀ ਕਰ ਸਕਦੀ ਹਾਂ। ਉਸ ਟਾਈਮ ਮੈਂ ਬਹੁਤ ਜ਼ਿਆਦਾ ਖੁਸ਼ ਸੀ ਕਿ ਮੈਂ ਅਗਰ ਆਪਣਾ ਸ਼ੌਂਕ ਪੂਰਾ ਕਰ ਰਹੀ ਹਾਂ, ਮੈਨੂੰ ਇਹ ਚੀਜ਼ ਦਾ ਬਹੁਤ ਜ਼ਿਆਦਾ ਕਰੇਜ਼ ਸੀ ਛੋਟੇ ਹੁੰਦੇ ਤੋਂ, ਅਗਰ ਮੈਂ ਉਹ ਪੂਰਾ ਕਰ ਰਹੀ ਹਾਂ ਪਲੱਸ ਉਹਦੇ ਨਾਲ ਅਰਨਿੰਗ ਵੀ ਕਰ ਰਹੀ ਹਾਂ, ਇਸ ਤੋਂ ਵਧੀਆ ਗੱਲ ਹੋਰ ਕੀ ਹੋ ਸਕਦੀ ਹੈ। ਫਿਰ ਮੈਂ ਆਪਣੀ ਫੈਮਿਲੀ ਨਾਲ ਵੀ ਸ਼ੇਅਰ ਕੀਤਾ ਕਿ ਮੈਂ ਇੱਥੋਂ ਅਰਨਿੰਗ ਵੀ ਕਰ ਸਕਦੀ। ਸਾਰੇ ਕਹਿੰਦੇ ਬਹੁਤ ਵਧੀਆ, ਇਹ ਤਾਂ ਵਰਕ ਫਰੋਮ ਹੋਮ ਹੋ ਗਿਆ। ਮੈਂ ਚੈਨਲ ਸਟਾਰਟ ਕੀਤਾ ਸੀ May 2021 'ਚ, ਐਂਡ ਮੇਰਾ ਚੈਨਲ ਬਹੁਤ ਵਧੀਆ ਗਰੋ ਹੋ ਗਿਆ ਸੀ। ਤੁਸੀਂ ਮੇਰੀ ਪੁਰਾਣੀ ਵੀਡੀਓਜ਼ ਜਾ ਕੇ ਚੈੱਕ ਕਰਿਓ, ਮੈਂ ਹੋਮ ਰੈਮਡੀਜ਼ ਐਂਡ ਮੇਕਅਪ ਦੇ ਰਿਲੇਟਡ ਪਾਈਆਂ ਸੀ ਵੀਡੀਓਜ਼ ਉਦੋਂ ਵੀ, ਉਦੋਂ ਇਨਕਮ ਵੀ ਮੈਨੂੰ ਆਈ ਸੀ। ਬਟ ਫਿਰ ਮੈਂ ਜਦੋਂ ਕੈਨੇਡਾ ਆ ਗਈ ਤਾਂ ਮੈਂ ਸਟੋਪ ਕਰ ਦਿੱਤਾ ਯੂਟਿਊਬ, ਮੇਰੇ ਕੋਲ ਉਹ ਟਾਈਮ ਨਹੀਂ ਦੇਣ ਹੋਇਆ, ਫਿਰ ਇਸ ਕਰਕੇ ਇਨਕਮ ਵੀ ਸਟੋਪ ਹੋ ਗਈ। ਯੂਟਿਊਬ 'ਤੇ ਆ ਕਿ ਅਗਰ ਤੁਸੀਂ ਇਨਕਮ ਅਰਨ ਕਰਨਾ ਚਾਹੁੰਦੇ ਹੋ ਤੁਹਾਨੂੰ ਰੈਗੂਲਰ ਵੀ ਹੋਣਾ ਪੈਂਦਾ। ਫਿਰ ਮੈਂ ਦੁਬਾਰਾ ਸਟਾਰਟ ਕੀਤਾ ਸੀ, ਫਿਰ ਵੀ ਸਕਿੱਪ ਕਰ ਦਿੱਤਾ, ਬਟ ਹੁਣ ਮੈਂ ਦੁਬਾਰਾ ਫਿਰ ਸਟਾਰਟ ਕੀਤਾ, ਹੁਣ ਵੀ ਮੈਂ ਅਰਨ ਕਰ ਰਹੀ ਹਾਂ, ਬਟ ਨੋਟ ਟੂ ਮੱਚ, ਯਾਨੀ ਕਿ ਮੈਂ ਬਹੁਤ ਕਰ ਰਹੀ ਹਾਂ ਬਟ ਮੈਂ ਅਰਨਿੰਗ ਕਰ ਰਹੀ ਹਾਂ। ਹੌਲੀ ਹੌਲੀ ਸਟੈਪ ਬਾਏ ਸਟੈਪ ਸਾਨੂੰ ਲਾਈਕ ਸਭ ਕੁਝ ਮਿਲਦਾ। ਮੈਂ ਇਹ ਨਹੀਂ ਕਹਿ ਸਕਦੀ ਕਿ ਮੈਂ ਅੱਜ ਵੀਡੀਓ ਬਣਾ ਰਹੀ ਹਾਂ, ਅੱਜ ਪਾ ਰਹੀ ਹਾਂ, ਮੈਨੂੰ ਲੱਖਾਂ ਦੇ ਹਿਸਾਬ ਨਾਲ ਅਰਨਿੰਗ ਹੋ ਗਈ, ਇੱਦਾਂ ਨਹੀਂ ਹੁੰਦਾ। ਆ ਰਹੀ ਅਰਨਿੰਗ ਬਟ ਓਨੀ ਨਹੀਂ ਹੈ, ਬਟ ਆ ਰਹੀ ਅਰਨਿੰਗ। ਹੁਣ ਮੈਂ ਵੀ ਦੱਸਦਾ ਕਿ ਯੂਟਿਊਬ ਤੋਂ ਹੀ ਅਸੀਂ ਲੱਖਾਂ ਦੇ ਹਿਸਾਬ ਨਾਲ ਅਰਨਿੰਗ ਕਰ ਸਕਦੇ ਅਗਰ ਅਸੀਂ ਇਹਨੂੰ ਸੀਰੀਅਸਲੀ ਲਈਏ। ਫਿਰ ਯੂਟਿਊਬ 'ਤੇ ਵੀਡੀਓਜ਼ ਬਣਾਉਣਾ ਐਂਡ ਉਹਨੂੰ ਬਾਅਦ 'ਚ ਐਡਿਟ ਕਰਨਾ ਬਹੁਤ ਜ਼ਿਆਦਾ ਟਾਈਮ ਕੰਜ਼ਿਊਮਿੰਗ ਹੈ। ਇਹ ਚੀਜ਼ ਤੁਸੀਂ ਆਪਣੇ ਮਾਇੰਡ 'ਚ ਜ਼ਰੂਰ ਰੱਖੋ ਕਿ ਅਗਰ ਤੁਸੀਂ ਵੀ ਲਾਈਕ ਵੀਡੀਓ ਅਗਰ ਬਣਾਉਣਾ ਚਾਹੁੰਦੇ ਹੋ ਟਾਈਮ ਬਹੁਤ ਚਾਹੀਦਾ। ਹੁਣ ਮੈਂ ਵੀਡੀਓ ਬਣਾ ਰਹੀ ਹਾਂ, ਕਈ ਵਾਰੀ ਮੈਂ ਕੱਟ ਕੀਤਾ, ਕਈ ਵਾਰੀ ਮੈਂ ਦੁਬਾਰਾ ਰੀਟੇਕ ਕੀਤਾ, ਐਂਡ ਐਟ ਦ ਐਂਡ ਜਦੋਂ ਮੈਂ ਐਡੀਟਿੰਗ ਕਰਨੀ ਹੈ ਉਦੋਂ ਵੀ ਇੰਨੀ ਜ਼ਿਆਦਾ, ਕਦੀ ਇਹ ਕੱਟ ਕਰਨਾ, ਕਦੀ ਇਹਨੂੰ ਐਡਿਟ ਕਰਨਾ, ਐਂਡ ਬਹੁਤ ਕੁਛ ਹੁੰਦਾ। ਸੋ ਇਸ ਬੇਸਿਕਲੀ ਇਟਸ ਟਾਈਮ ਕੰਜ਼ਿਊਮਿੰਗ। ਸੋ ਇਹ ਕਿ ਮੈਂ ਘਰ ਰਹਿ ਕੇ ਆਪਣਾ ਬੇਬੀ ਵੀ ਦੇਖ ਰਹੀ ਹਾਂ ਐਂਡ ਮੈਂ ਨਾਲ ਜੋਬ ਵੀ ਕਰ ਰਹੀ, ਇਟਸ ਲਾਈਕ ਅ ਜੋਬ। ਤੁਸੀਂ ਸਮਝ ਰਹੇ ਹੋ, ਯੂਟਿਊਬ 'ਤੇ ਵੀਡੀਓਜ਼ ਅਪਲੋਡ ਕਰਨਾ ਇਟਸ ਲਾਈਕ ਅ ਜੋਬ। ਇਹਨੂੰ ਅਸੀਂ ਇਹਨੂੰ ਐਜ਼ ਅ ਜੋਬ ਕਹਿ ਸਕਦੇ ਹਾਂ ਕਿਉਂਕਿ ਜਦੋਂ ਅਰਨਿੰਗ ਹੁੰਦੀ, ਜਿਹੜੀ ਯੂਟਿਊਬ ਦੀ ਅਰਨਿੰਗ ਹੈ, ਇਟਸ ਲਾਈਕ ਅ ਲਾਈਫ ਟਾਈਮ ਅਰਨਿੰਗ। ਜਿਵੇਂ ਮੈਂ ਹੁਣੇ ਥੋੜ੍ਹੀ ਦੇਰ ਪਹਿਲਾਂ ਤੁਹਾਨੂੰ ਐਗਜ਼ਾਮਪਲ ਦੇ ਰਹੀ ਸੀ, ਇੰਡੀਆ ਵਿੱਚ ਸਾਨੂੰ ਮੰਥਲੀ ਬੇਸਿਸ 'ਤੇ ਸੈਲਰੀ ਮਿਲਦੀ ਆ, ਫੋਰਨ ਕੰਟਰੀਜ਼ ਦੇ ਵਿੱਚ ਸਮਟਾਈਮ ਵੀਕਲੀ ਐਂਡ ਸਮਟਾਈਮ ਬਾਈ ਵੀਕਲੀ ਮਿਲਦੀ ਆ। ਐਂਡ ਯੂਟਿਊਬ 'ਤੇ ਇੱਦਾਂ ਕਿ ਅਗਰ ਅਸੀਂ ਇੱਕ ਵਾਰੀ ਵੀਡੀਓ ਪਾ ਦਿੱਤੀ, ਉਹਦੀ ਸਾਨੂੰ ਅਰਨਿੰਗ ਲਾਈਫ ਟਾਈਮ ਲਈ ਮਿਲਣੀ ਆ। ਸੀਰੀਅਸਲੀ, ਅਗਰ ਤੁਹਾਨੂੰ ਨਹੀਂ ਯੂਟਿਊਬ ਬਾਰੇ ਪਤਾ, ਅਗਰ ਤੁਸੀਂ ਵੀ ਮੇਰੇ ਵਾਂਗ ਲਾਈਕ ਚੈਨਲ ਸਟਾਰਟ ਕਰਨਾ ਚਾਹੁੰਦੇ ਹੋ, ਤੁਸੀਂ ਹਾਊਸ ਵਾਈਫ ਹੋ ਜਾਂ ਤੁਸੀਂ ਸਟੂਡੈਂਟ ਹੋ, ਤੁਸੀਂ ਪਾਰਟ ਟਾਈਮ ਯੂਟਿਊਬ ਨੂੰ ਕਰ ਸਕਦੇ ਹੋ, ਤੁਸੀਂ ਕਾਲਜ 'ਚ ਜਾਂਦੇ ਹੋ ਜਾਂ ਫਿਰ ਤੁਸੀਂ ਅਜੇ ਸਕੂਲਿੰਗ ਵੀ ਕਰ ਰਹੇ ਹੋ, ਕੋਈ ਪ੍ਰੋਬਲਮ ਨਹੀਂ ਹੈ, ਤੁਸੀਂ ਆਪਣੀ ਸਟੱਡੀ ਦੇ ਰਿਲੇਟਿਡ ਯੂਟਿਊਬ ਚੈਨਲ ਸਟਾਰਟ ਕਰ ਸਕਦੇ ਹੋ। ਇੱਥੋਂ ਆ ਕੇ ਤੁਹਾਨੂੰ ਲਾਈਫ ਟਾਈਮ ਅਰਨਿੰਗ ਮਿਲੇਗੀ, ਇਟਸ ਲਾਈਕ ਅ ਪਾਰਟ ਟਾਈਮ ਜੋਬ ਵੀ ਤੁਸੀਂ ਲੈ ਸਕਦੇ ਹੋ। ਜਦੋਂ ਤੁਹਾਨੂੰ ਲਾਈਕ ਤੋਂ ਵਧੀਆ ਅਰਨਿੰਗ ਆਉਣੀ ਸਟਾਰਟ ਹੋ ਜਾਏਗੀ, ਫਿਰ ਤੁਹਾਨੂੰ ਲੱਗੇਗਾ ਮੈਨੂੰ ਪਾਰਟ ਟਾਈਮ, ਤੁਹਾਨੂੰ ਫੁੱਲ ਟਾਈਮ ਸ਼ਿਫਟ ਕਰਨਾ ਚਾਹੀਦਾ, ਇੱਥੋਂ ਇੰਨੀ ਜ਼ਿਆਦਾ ਅਰਨਿੰਗ ਹੁੰਦੀ ਹੈ। ਬਾਕੀ ਅਗਰ ਤੁਸੀਂ, ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਮੋਟੀਵੇਟ ਕਰਾਂਗੀ, ਅਗਰ ਤੁਹਾਡੇ ਮਾਇੰਡ 'ਚ ਥੋੜ੍ਹਾ ਜਿਹਾ ਵੀ ਹੈ ਲਾਈਕ ਘਰ ਰਹਿ ਕੇ ਅਸੀਂ ਕੰਮ ਕਰਨਾ ਚਾਹੁੰਦੇ ਬਟ ਕਿਹੜਾ ਕਰੀਏ ਨਹੀਂ ਸਮਝ ਆਉਂਦੀ, ਤੁਸੀਂ ਯੂਟਿਊਬ ਚੈਨਲ ਸਟਾਰਟ ਕਰੋ। ਐਂਡ ਕੀ ਕ੍ਰਾਈਟੀਰੀਆ ਅਗਰ ਤੁਹਾਨੂੰ ਨਹੀਂ ਪਤਾ, ਤੁਸੀਂ ਬਿਗਨਰ ਹੋ, ਕਿਉਂਕਿ ਜਦੋਂ ਮੈਂ ਵੀ ਸਟਾਰਟ ਕੀਤਾ ਸੀ ਮੈਨੂੰ ਵੀ ਕੋਈ ਆਈਡੀਆ ਨਹੀਂ ਸੀ ਕਿ ਕੀ ਹੈ। ਮੈਂ ਤਾਂ ਸਟਾਰਟ ਕਰਨਾ ਲਾਈਕ ਕਰ ਰਹੀ ਸੀ ਆਪਣੇ ਸ਼ੌਂਕ ਬੇਸਿਸ 'ਤੇ, ਮੈਨੂੰ ਨਹੀਂ ਪਤਾ ਸੀ ਕਿ ਅਰਨਿੰਗ ਵੀ ਹੁੰਦੀ ਹੈ, ਉਹ 'ਚ ਮੈਨੂੰ ਬਾਅਦ 'ਚ ਪਤਾ ਚੱਲਿਆ ਜਦੋਂ ਕਿ ਮੈਂ ਸਾਰਾ ਸਰਚ ਕੀਤਾ। ਸੋ ਤੁਸੀਂ ਕਰ ਸਕਦੇ ਹੋ, ਅਗਰ ਤੁਹਾਨੂੰ ਮੇਰੀ ਹੈਲਪ ਦੀ ਜ਼ਰੂਰਤ ਹੈ ਮੈਨੂੰ ਪਲੀਜ਼ ਕਮੈਂਟ ਡਾਊਨ ਕਰੋ, ਮੈਂ ਤੁਹਾਨੂੰ ਜ਼ਰੂਰ ਦੱਸਾਂਗੀ ਕਿ ਕਿਵੇਂ ਤੁਸੀਂ ਚੈਨਲ ਓਪਨ ਕਰ ਸਕਦੇ ਹੋ ਐਂਡ ਕੀ ਰੂਲਸ ਤੁਹਾਨੂੰ ਫੋਲੋ ਕਰਨੇ ਪੈਣੇ ਐਂਡ ਕਦੋਂ ਇਨਕਮ ਆਉਂਦੀ ਹੈ।
ਤੇ ਸਭ ਕੁਝ ਮੈਂ ਉਸਦੇ ਰਿਲੇਟਡ ਤੁਹਾਨੂੰ ਦੱਸਾਂਗੀ। ਸੋ ਪਲੀਜ਼ ਤੁਹਾਨੂੰ ਮੈਂ ਆਹ ਕਹਿਣਾ ਚਾਹਾਂਗੀ ਕਿ ਤੁਸੀਂ ਇਹ ਚੀਜ਼ ਨਾ ਕਦੇ ਵੀ ਸੋਚਿਓ ਕਿ ਜਿਹੜਾ ਯੂਟਿਊਬ ਤੇ ਜਿਹੜੇ ਵੀ ਅਪਲੋਡ ਕਰਦੇ ਨੇ ਵੀਡੀਓ ਉਹ ਇੱਕ ਜਸਟ ਐਜ਼ ਅ ਟਾਈਮ ਪਾਸ ਕਰ ਰਹੇ ਹੋ ਜਾਂ ਫਿਰ ਇੱਕ ਲਾਈਕ ਵਿਹਲਾ ਕੰਮ ਹੈ। ਇਹ ਵਿਹਲਾ ਕੰਮ ਨਹੀਂ ਹੁੰਦਾ, ਬਹੁਤ ਜ਼ਿਆਦਾ ਟਾਈਮ ਲੱਗਦਾ ਹੈ ਵੀਡੀਓ ਨੂੰ ਬਣਾਉਣ 'ਚ, ਫਿਰ ਐਡਿਟ ਕਰਨ 'ਚ ਐਂਡ ਸਭ ਕੁਝ, ਲਾਈਕ ਬਹੁਤ ਜ਼ਿਆਦਾ ਐਫਰਟ ਦੀ ਜ਼ਰੂਰਤ ਹੁੰਦੀ ਹੈ। ਇੱਥੋਂ ਅਰਨਿੰਗ ਵੀ ਹੁੰਦੀ ਹੈ ਬਟ ਪਹਿਲਾਂ ਸਾਡਾ ਹਾਰਡ ਵਰਕ ਹੁੰਦਾ। ਸਾਰੇ ਯੂਟਿਊਬਰਸ ਦੀ ਮੈਂ ਇੱਥੇ ਗੱਲ ਕਰ ਰਹੀ ਹਾਂ। ਅਤੇ ਜਿੱਦਾਂ ਇੰਸਟਾਗ੍ਰਾਮ ਵੀ ਹੈ, ਇੰਸਟਾਗ੍ਰਾਮ 'ਤੇ ਵੀ ਵੀਡੀਓਜ਼ ਅਪਲੋਡ ਕਰਕੇ ਉੱਥੋਂ ਵੀ ਅਰਨਿੰਗ ਹੁੰਦੀ ਹੈ। ਅਗਰ ਤੁਹਾਨੂੰ ਨਹੀਂ ਪਤਾ ਮੈਂ ਉਹ ਵੀ ਦੱਸ ਦੇਵਾਂ, ਬਟ ਦੈਟਸ ਅ ਸੈਪਰੇਟ ਲਾਈਕ ਟੋਪਿਕ, ਉਹ ਮੈਂ ਹਜੇ ਫਿਰ ਨਹੀਂ ਲੈ ਕੇ ਆਵਾਂਗੀ, ਇੱਥੇ ਸਿਰਫ ਯੂਟਿਊਬ ਦੀ ਗੱਲ ਕਰ ਰਹੀ ਹਾਂ। ਸੋ ਜੀ ਮੈਂ ਤੁਹਾਨੂੰ ਦੱਸ ਦਿੱਤਾ ਕਿ ਮੈਂ ਚੈਨਲ ਸਟਾਰਟ ਕੀਤਾ ਸੀ ਆਪਣੇ ਸ਼ੌਂਕ ਦੇ ਬੇਸਿਸ 'ਤੇ ਐਂਡ ਮੈਨੂੰ ਲੱਗਾ ਪਤਾ ਕਿ ਇੱਥੋਂ ਅਰਨਿੰਗ ਵੀ ਹੁੰਦੀ ਹੈ, ਸੋ ਮੈਂ ਫਿਰ ਦੋਨਾਂ ਨੂੰ ਨਾਲ ਲੈ ਕੇ ਐਂਡ ਚੈਨਲ ਸਟਾਰਟ ਕੀਤਾ। ਯੂਟਿਊਬ ਚੈਨਲ ਸਟਾਰਟ ਕਰਨ ਦੇ ਰਿਲੇਟਡ ਕੋਈ ਵੀ ਕੁਐਸਚਨ ਹੈ ਜਾਂ ਕੋਈ ਕੁਛ ਪੁੱਛਣਾ ਚਾਹੁੰਦੇ ਹੋ ਤਾਂ ਪਲੀਜ਼ ਮੈਨੂੰ ਕਮੈਂਟ ਡਾਊਨ ਕਰਿਓ ਅਤੇ ਮੈਂ ਤੁਹਾਡੇ ਜ਼ਰੂਰ ਆਂਸਰ ਕਰਾਂਗੀ। ਐਂਡ ਅਗਰ ਤੁਸੀਂ ਮੈਨੂੰ ਜ਼ਿਆਦਾ ਸਾਰੇ ਕਮੈਂਟਸ ਕੀਤੇ ਫਿਰ ਮੈਂ ਇੱਕ ਵੀਡੀਓ ਵੀ ਲੈ ਕੇ ਆਵਾਂਗੀ ਐਂਡ ਤੁਹਾਨੂੰ ਪਤਾ ਚੱਲੇਗਾ। ਓਕੇ ਜੀ, ਹੁਣ ਆਪਾਂ ਨੈਕਸਟ ਵੀਡੀਓ 'ਚ ਮਿਲਾਂਗੇ। ਬਾਏ ਬਾਏ।